ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਪਟਿਆਲਾ ਵਿੱਚ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਦੇ ਵਿੱਚ ਲੋਕਾਂ ਨੂੰ ਜਿਵੇਂ ਕਿ ਪਾਣੀ ਦੇ ਬਿੱਲ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਮਾਫ ਕਰ ਦਿੱਤੇ ਗਏ ਨੇ ਕਿ ਵੀ ਉਹਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਕਿ ਤੁਸੀਂ ਪਿਛਲਾ ਬਿੱਲ ਤੁਹਾਡਾ ਕਿੱਥੇ ਤੱਕ ਦਾ ਮਾਫ ਹੈ ਤੇ ਅੱਗੇ ਤੁਸੀਂ ਕਿੰਨਾ ਕੁ ਬਿੱਲ ਹੋਰ ਆਪਣੇ 50 ਰੁਪਏ ਦੇ ਰੇਟ ਨਾਲ ਤੁਸੀਂ ਕਿਵੇਂ ਜਮ੍ਹਾਂ ਕਰਵਾਉਣਾ ਤੇ ਪਖਾਨਿਆਂ ਨੂੰ ਲੈ ਕੇ ਲੋਕਾਂ ਦੀ ਸੁਵਿਧਾਵਾਂ ਅਸੀਂ ਦਿੱਤੀਆਂ ਨੇ, ਕਈਆਂ ਦੇ ਫਾਰਮ ਵੀ ਭਰੇ ਗਏ ਨੇ ਤੇ ਲੋਕਾਂ ਨੂੰ ਹੋਰ ਵੀ ਆਪਣੇ ਡਿਪਾਰਟਮੈਂਟ ਦੇ ਸਾਫ ਸਫਾਈ ਪੱਖੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕਿਹੜੇ ਕਿਹੜੇ ਏਰੀਆ 'ਚੋਂ ਲੋਕ ਆਏ ਸੀਗੇ, ਕਿੰਨੇ ਕੁ ਲੋਕ ਆਏ ਨੇ? ਪਿੰਡਾਂ ਦੇ ਮੋਸਟਲੀ ਸੀਗੇ ਜੀ, ਜਿਵੇਂ ਸਾਡੇ ਕੋਲ ਬਠੋਈ ਤੋਂ ਆਏ ਨੇ ਜੀ ਤੇ ਜਿਵੇਂ ਲੰਗ ਤੋਂ ਵੀ ਆ ਗਏ ਤੇ ਆਪਣੇ ਕੀ ਕਹਿੰਦੇ ਵਿਕਾਸ ਨਗਰ ਤੋਂ ਵੀ ਆਏ ਨੇ, ਬਲੀਪੁਰ ਧਰਮਕੋਟ ਦੇ ਨਾਲ ਨਾਲ ਦੇ ਕਈ ਪਿੰਡਾਂ ਦੇ ਵਿੱਚੋਂ ਸਾਡਾ ਇੱਥੇ ਹਰਦਾਸਪੁਰ ਤੋਂ ਵੀ ਕਾਫੀ ਸਾਡੇ ਮਤਲਬ ਪਿੰਡ ਸਾਡੇ ਨੋਨ 'ਚ ਇੱਥੇ ਆਏ ਨੇ। ਕਿੰਨੇ ਕੁ ਲੋਕ ਆ ਚੁੱਕੇ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਸੀਗੀਆਂ ਉਹਨਾਂ ਦਾ ਹੱਲ ਹੋਇਆ? ਇੱਥੇ ਜਿਵੇਂ ਸਭ ਤੋਂ ਵੱਡੀ ਤਾਂ ਬਿਜਲੀ ਮੁਆਫੀ ਦਾ ਇੱਕ ਸਭ ਤੋਂ ਵੱਡਾ ਇੱਕ ਅਹਿਮ ਸੀਗਾ ਲੋਕਾਂ ਦਾ ਅਟਰੈਕਸ਼ਨ ਤੇ ਉਹਨਾਂ ਨੇ ਕਾਫੀ ਮਤਲਬ ਵੱਡੇ ਪੱਧਰ ਤੇ ਬਿਜਲੀ ਬੋਰਡ ਦਾ ਅੱਜ ਕਾਫੀ ਸਹਿਯੋਗ ਰਿਹਾ ਸਾਡੇ ਇਸ ਕੈਂਪ ਦੇ ਵਿੱਚ ਤੇ ਬਾਕੀ ਛੋਟੇ ਛੋਟੇ ਹੋਰ ਮਨਰੇਗਾ ਹੋ ਗਈ ਜਿਵੇਂ ਤੇ ਆ ਸੁਵਿਧਾ ਆਯੁਸ਼ਮਾਨ ਯੋਜਨਾ ਦੇ ਤਹਿਤ ਵੀ ਕਈ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਲੋਕਾਂ ਨੂੰ ਕਾਫੀ ਸੁਵਿਧਾਵਾਂ ਦਾ ਇੱਥੇ ਅੱਜ ਹੋਇਆ। ਜਿਵੇਂ ਤੁਸੀਂ ਆਪਣੇ ਵਾਟਰ ਸਪਲਾਈ ਦੇ ਸੰਬੰਧ ਬੈਠੇ ਹੋ, ਸੀਵਰੇਜ ਦੇ ਸੰਬੰਧ ਬੈਠੇ ਗਏ ਹੋ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਨੈਕਸ਼ਨ ਨਵੇਂ ਅਪਲਾਈ ਕਰ ਰਹੇ ਨੇ ਉਹਨਾਂ ਦਾ ਵੀ ਕੋਈ ਹੱਲ ਹੋਇਆ? ਨਵੇਂ ਕਨੈਕਸ਼ਨ ਅਪਲਾਈ ਕਰਨ ਲਈ ਹੁਣ ਤਾਂ ਸਾਰਾ ਕੁਝ ਫ੍ਰੀ ਕਰ ਦਿੱਤਾ ਜਿਵੇਂ ਕਿ ਆਪਣੇ ਸੀਐਮ ਸਾਹਿਬ ਨੇ ਤੇ ਨਵੇਂ ਕਨੈਕਸ਼ਨ ਲੈਣ ਲਈ ਵੀ ਕੋਈ ਹੁਣ ਆਪਾਂ ਨੂੰ ਕੋਈ ਇੱਕ ਦਫ਼ਤਰ ਵੱਲੋਂ ਇੱਕ ਐਪਲੀਕੇਸ਼ਨ ਹੀ ਜਮ੍ਹਾਂ ਕਰਵਾਉਣੀ ਹੈ, ਬਾਕੀ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਤੇ ਕੋਈ ਕਨੈਕਸ਼ਨ ਫੀਸ ਨਹੀਂ ਲਿੱਤੀ ਜਾਏਗੀ ਤੇ ਇੱਕ ਬਿੱਲ ਹੀ ਹੈ ਜਿਹੜਾ ਹੁਣ ਆਪਾਂ ਅੱਗੇ ਨੂੰ ਉਹਨਾਂ ਨੇ ਭਰਨਾ ਜੀ। ਆਪਣੇ ਡਿਪਾਰਟਮੈਂਟ ਵੱਲੋਂ ਜਿਹੜੀ ਤੁਹਾਡੀ ਇੱਥੇ ਡਿਊਟੀ ਲੱਗੀ ਆ, ਲੋਕਾਂ ਨੂੰ ਕੋਈ ਜਿਨ੍ਹਾਂ ਤੱਕ ਗੱਲ ਨਹੀਂ ਪਹੁੰਚੀ ਉਹਨਾਂ ਤੱਕ ਕੋਈ ਗੱਲ ਪਹੁੰਚਣੀ ਚਾਹੁੰਦੇ? ਲੋਕਾਂ ਨੂੰ ਇਹੀ ਹੈ ਕਿ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦੇ ਪੁਰਾਣੇ ਬਕਾਏ ਸੀ ਉਹ ਮਾਫ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਆਪਣਾ ਬਿੱਲ ਸਮੇਂ ਸਿਰ ਭਰਨ ਤੇ ਪਾਣੀ ਦੀ ਦੁਰਵਰਤੋਂ ਨਾ ਕਰਕੇ ਪਾਣੀ ਨੂੰ ਸੰਜਮ ਨਾਲ ਵਰਤਣ ਤੇ ਸਾਫ਼ ਸਫਾਈ ਪੱਖੋਂ ਵੀ ਆਪਣੇ ਪਿੰਡ ਦਾ ਵਿਕਾਸ ਕਰਨ। ਜਿਹੜਾ ਤੁਸੀਂ ਕਹਿ ਰਹੇ ਹੋ ਪਾਣੀ ਮਾਫ਼ ਹੋਇਆ, ਉਹ ਕਿੰਨੇ ਤੱਕ ਹੋਇਆ, ਕਿਹੜੀ ਕੈਟਾਗਰੀ ਦਾ ਹੋਇਆ? ਕੈਟਾਗਰੀ ਸਾਰੀਆਂ ਇਹਦੇ ਵਿੱਚ ਇਨਵੋਲਵ ਨੇ ਜੀ, ਕਿਸੇ ਦਾ ਵੀ ਕੋਈ ਕੈਟਾਗਰੀ ਦਾ ਕੋਈ ਪ੍ਰੋਬਲਮ ਨਹੀਂ ਹੈ ਕਿ ਮਾਫ਼ ਹੈ ਤੇ ਇਹ ਆਪਾਂ ਸਤੰਬਰ ਤੱਕ ਦਾ ਜਿਹੜਾ ਬਿੱਲ ਹੈ ਸਤੰਬਰ 2021 ਤੱਕ ਦਾ ਆਪਾਂ ਸਾਰਾ ਜਿਹੜਾ ਪਿਛਲਾ ਬਿੱਲ ਆਪਾਂ ਮਾਫ਼ ਕਰਤਾ, 10ਵੇਂ ਮਹੀਨੇ ਤੋਂ ਆਪਾਂ ਜਿਹੜਾ ਬਿੱਲ ਹੈ ਉਹ ਆਪਾਂ 50 ਰੁਪਏ ਤੋਂ ਲੋਕਾਂ ਨੂੰ ਗਾਈਡ ਕੀਤਾ ਜਾ ਰਿਹਾ ਕਿ ਵੀ ਉਹ ਭਰਨ ਆਪਣਾ। ਜਿੱਦਾਂ ਜਿਹੜਾ ਕੈਂਪ ਹੈਗਾ ਇਹ ਮਾਣਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਔਰ ਸਾਡੇ ਐਸ ਡੀ ਐਮ ਸਾਹਿਬ ਪਟਿਆਲਾ ਜੀ ਦੀ ਰਹਿਨੁਮਾਈ ਹੇਠ ਕੈਂਪ ਲਗਾਇਆ ਗਿਆ, ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ। ਇਹਦੇ ਵਿੱਚ 10 ਡਿਪਾਰਟਮੈਂਟ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਸ਼ਿਰਕਤ ਕੀਤੀ ਹੈ। 10 ਡਿਪਾਰਟਮੈਂਟਾਂ ਵੱਲੋਂ ਪਬਲਿਕ ਦੀ ਸਹੂਲਤ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹੈਗੀਆਂ। ਇਹਦੇ ਵਿੱਚ ਪੰਚਾਇਤੀ ਰਾਜ ਵਿਭਾਗ, ਹੈਲਥ ਡਿਪਾਰਟਮੈਂਟ, PRTC, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਿਪਾਰਟਮੈਂਟ, ਰੈਵਨਿਊ ਡਿਪਾਰਟਮੈਂਟ, ਬਿਜਲੀ ਬੋਰਡ ਅਤੇ ਆਪਣਾ CDPO ਦਫ਼ਤਰ ਸਾਰਾ ਅਤੇ ਹੋਰ ਜਿਹੜੇ ਵਿਭਾਗ ਹੈਗੇ ਸਾਰੇ ਅੱਜ ਹਾਜ਼ਰ ਹੈਗੇ ਨੇ। ਅਤੇ ਅੱਜ ਦੇ ਇਸ ਕੈਂਪ ਦੇ ਜਿਹੜਾ ਹੈਗਾ ਸ਼ੁਰੂਆਤ ਮਾਣਯੋਗ DC ਸਾਹਿਬ ਅਤੇ SDM ਸਾਹਿਬ ਵੱਲੋਂ ਕੀਤੀ ਗਈ ਹੈ। ਸਵੇਰੇ 10 ਵਜੇ ਇਹ ਕੈਂਪ 4 ਵਜੇ ਤੱਕ ਲਗਾਇਆ ਜਾ ਰਿਹਾ ਹੈਗਾ ਅਤੇ ਹੁਣ ਤੱਕ ਦੁਪਹਿਰ ਤੱਕ ਜਿਹੜੇ ਹੈਗੇ ਇਸ ਕੈਂਪ 'ਚ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਹੈਗਾ ਲਾਭ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੇ ਇਸ ਕੈਂਪ ਦੇ ਵਿੱਚ ਮਨਰੇਗਾ ਦੇ 66 ਕਾਰਡਾਂ ਦੀ ਦਰਖਾਸਤਾਂ ਪ੍ਰਾਪਤ ਹੋਈਆਂ। ਮਨਰੇਗਾ ਦੇ 5-5 ਮਰਲਿਆਂ ਵਾਸਤੇ 100 ਬਿਨੇਕਾਰਾਂ ਵੱਲੋਂ ਦਰਖਾਸਤਾਂ ਦਿੱਤੀ ਗਈਆਂ। ਕੱਚੇ ਮਕਾਨਾਂ ਦੀਆਂ 90 ਦਰਖਾਸਤਾਂ ਆਈਆਂ ਹੈਗੀਆਂ ਜਿਹੜੀਆਂ ਕਿ ਸਮਰੱਥ ਜਿਹੜੀਆਂ ਹੈਗੀਆਂ ਵਿਭਾਗਾਂ ਨੂੰ ਭੇਜ ਦਿੱਤੀਆਂ ਗਈਆਂ ਹੈਗੀਆਂ। ਆਯੁਸ਼ਮਾਨ ਦੇ 12 ਕਾਰਡ ਬਣਾਏ ਗਏ ਹੈਗੇ ਨੇ ਅਤੇ ਇਸ ਤੋਂ ਇਲਾਵਾ ਆਸ਼ੀਰਵਾਦ ਸਕੀਮ ਦੇ ਵੀ ਫਾਰਮ ਲਿੱਤੇ ਗਏ ਨੇ ਔਰ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਇੰਤਕਾਲਾਂ ਦੀ ਦਰਖਾਸਤਾਂ ਵੀ ਲਿੱਤੀਆਂ ਗਈਆਂ ਹੈਗੀਆਂ ਔਰ ਬਿਜਲੀ ਬੋਰਡ ਦੇ ਸਭ ਤੋਂ ਵੱਧ ਜਿਹੜਾ ਹੈਗਾ 2 ਕਿਲੋਵਾਟ ਤੱਕ ਜਿਹੜਾ ਬਿਜਲੀ ਦੇ ਬਕਾਏ ਮਾਫ਼ ਕੀਤੇ ਗਏ ਸੀਗੇ ਉਹਨਾਂ ਜਿਹੜੇ ਖਪਤਕਾਰਾਂ ਵੱਲੋਂ ਜਿਹੜੇ ਹੈਗੇ ਨੇ ਹੁਣ ਤੱਕ 500 ਤੋਂ ਉੱਪਰ ਜਿਹੜੀਆਂ ਹੈਗੀਆਂ ਦਰਖਾਸਤਾਂ ਸਾਨੂੰ ਜਮ੍ਹਾਂ ਕਰਾਈਆਂ ਔਰ ਉਹਦਾ ਨਾਲ ਦੀ ਨਾਲ ਜਿਹੜਾ ਹੈਗਾ ਸਾਡੇ ਨੈਬ ਤਹਿਸੀਲਦਾਰ ਸਾਹਿਬ ਨੇ ਨਾਲ ਦੀ ਨਾਲ ਨਿਪਟਾਰਾ ਕੀਤਾ, SDO ਸਾਹਿਬ ਬਿਜਲੀ ਬੋਰਡ ਦੇ ਬੈਠੇ ਨੇ ਸਾਰੇ ਸਰਕਲਾਂ ਦੇ ਔਰ ਉਹਨਾਂ ਦੀ ਦਰਖਾਸਤਾਂ ਲੈ ਕੇ ਨਾਲ ਹੀ ਜਿਹੜੇ ਹੈਗੇ ਉਹਨਾਂ ਦੀ ਮਾਫ਼ੀ ਦੀ ਕਾਰਵਾਈ ਕੀਤੀ ਗਈ ਹੈਗੀ ਆ। ਇਸ ਤੋਂ ਇਲਾਵਾ CDPO ਵਿਭਾਗ ਵੱਲੋਂ ਵੀ ਜਿਹੜੀਆਂ ਹੈਗੀਆਂ ਬੁਢਾਪਾ ਪੈਨਸ਼ਨਾਂ, ਵਿਧਵਾ ਅਤੇ ਅਪੰਗ ਆਸ਼ਰਿਤ ਪੈਨਸ਼ਨਾਂ ਇਹਨਾਂ ਦੇ ਵੀ ਫਾਰਮ ਲਿੱਤੇ ਗਏ ਨੇ, ਉਹਨਾਂ ਨੂੰ ਵੀ ਜਲਦੀ ਹੀ ਇਹਨਾਂ ਨੂੰ ਪੈਨਸ਼ਨਾਂ ਲਗਾਉਣ ਦੀ ਕਾਰਵਾਈ ਕੀਤੀ ਜਾਵੇਗੀ। ਉਹ ਵੀ 50 ਤੋਂ ਵੱਧ ਐਪਲੀਕੇਸ਼ਨ ਆ ਚੁੱਕੀਆਂ ਹੈਗੀਆਂ। ਨਾਲ ਹੀ ਅਸੀਂ ਜਿਹੜਾ ਹੈਗਾ ਕੋਵਿਡ ਦੀ ਵੈਕਸੀਨੇਸ਼ਨ ਜਿਹੜੀ ਚੱਲ ਰਹੀ ਹੈ ਫਸਟ ਡੋਜ਼ ਅਤੇ ਸੈਕਿੰਡ ਡੋਜ਼, ਉਹ ਵੀ ਡੋਜ਼ ਅਸੀਂ 25 ਤੋਂ ਵੱਧ ਅਸੀਂ ਵੈਕਸੀਨੇਸ਼ਨ ਕਰ ਚੁੱਕੇ ਹੈਗੇ ਹਾਂ ਅਤੇ ਬਸ ਮੈਂ ਇੰਨਾ ਹੀ ਕਹਿੰਦਾ ਹਾਂ, ਤੁਹਾਡਾ ਧੰਨਵਾਦ ਕਰਾਂਗਾ। ਕੁਛ ਲੋਕ ਵਾਪਸ ਗਏ ਨੇ, ਉਹ ਕਿਹੜੇ ਲੋਕ ਸੀਗੇ ਕਹਿੰਦੇ ਵੀ ਸਾਡੇ ਬਿੱਲ ਮਾਫ਼ ਨਹੀਂ ਹੋਏ ਜੀ? ਨਹੀਂ, ਇਸ ਤਰ੍ਹਾਂ ਦਾ ਸਾਡੇ ਧਿਆਨ 'ਚ ਕੋਈ ਨਹੀਂ ਆਇਆ ਹੈਗਾ ਜੀ ਕੋਈ ਮਾਫ਼ ਵਾਪਸ ਗਿਆ ਹੋਵੇ। ਜਿਹੜੀਆਂ ਸਰਕਾਰ ਦੀ ਜੋ ਸਕੀਮਾਂ ਹੈਗੀਆਂ ਉਹਦਾ ਵੱਧ ਤੋਂ ਵੱਧ ਲਾਭ ਦੇਣ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਆਪਾਂ ਨੇ ਅੱਜ ਦਰਖਾਸਤਾਂ ਮਿਲੀਆਂ ਉਹਨਾਂ ਦਾ ਸਰ ਕਦੋਂ ਤੱਕ ਨਿਪਟਾਰਾ ਹੋ ਜੂਗਾ ਜੀ? ਦੇਖੋ ਸਰ, ਤੁਹਾਨੂੰ ਦੱਸਿਆ ਜੀ ਜਿਹੜੇ ਮਾਫ਼ੀ ਵਾਲੇ ਸੀਗੇ ਉਹ ਤਾਂ ਸਰਕਾਰ ਵੱਲੋਂ ਮਾਫ਼ੀ ਹੈਗੀਆਂ, ਉਹ ਨਾਲ ਦੀ ਨਾਲ ਅਸੀਂ ਜੋ ਉਹਦੀ ਫਾਰਮੈਲਿਟੀ ਸੀ ਪੂਰੀ ਕਰ ਲਿੱਤੀ ਗਈਆਂ ਹੈਗੀਆਂ ਜੀ। ਜਿਹੜੀਆਂ
सर कच्चे मकानों की गल कर रहा है, वह जिन्हों की पेमेंट्स होनी है एक तक आ जाएगी थोड़े मुताबिक सर? नहीं, कच्चे मकाना तो सर फेज़ वाइज कम हुंदा है, जिस तरह जिस स्टेज पर कम होएगा और एप्लीकेंट अपनी दरखास्त देगा उसी फेज़ से ऑनलाइन पैसे वो खाते ट्रांसफर कर दिए जाएंगे। थैंक यू सर।